ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕਰਾਂਗੇ ਭਾਈ ਅਨੰਤਵੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ ਦੀ ਕੰਪੋਜੀਸ਼ਨ ਦੇ ਵਿੱਚ। ਪਾਵਨ ਸ਼ਬਦ ਹੈ, ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਨੀ ਦੂਤਾ ਲਾਈ। ਮੰਦਰ ਸਪਤਕ ਦੇ ਪੰਜਵੇਂ ਕਾਲੇ ਤੋਂ ਇਸ ਸ਼ਬਦ ਨੂੰ ਛੋਟੇ ਬੱਚਿਆਂ ਨੇ ਅਤੇ ਮੇਰੀਆਂ ਭੈਣਾਂ ਨੇ, ਮਾਤਾਵਾਂ ਨੇ ਗਾਇਨ ਕਰਨਾ ਸਿੱਖਣਾ ਹੈ। ਬੰਦ ਕਹਿਰਵੇ ਵਿੱਚ ਇਹ ਸ਼ਬਦ ਹੈ। ਤਬਲੇ ਦੀ ਤਾਲ ਬੰਦ ਕਹਿਰਵਾ ਤਾਲ ਵੱਜਣੀ ਹੈ। ਤਬਲੇ ਦਾ ਪੂੜਾ ਪੰਜਵੇਂ ਕਾਲੇ 'ਤੇ ਸੁਰ ਕੀਤਾ ਜਾਵੇਗਾ। ਬਹੁਤ ਸਲੋ ਸਲੋ ਇਹ ਕੰਪੋਜੀਸ਼ਨ ਹੈ। ਬੰਦ ਕਹਿਰਵਾ ਬਹੁਤ ਸਲੋ ਲੈਅ ਦੇ ਵਿੱਚ ਵੱਜੇਗਾ। ਇੱਕ ਵਾਰ ਮੈਂ ਸ਼ਬਦ ਗਾਇਨ ਕਰਾਂਗਾ, ਬਾਅਦ ਵਿੱਚ ਉਸ ਸ਼ਬਦ ਦੀ ਸਰਗਮ ਨਾਲ ਹੀ ਸ਼ਬਦ ਕਿਸ ਤਰ੍ਹਾਂ ਲਗਾਉਣਾ ਹੈ ਸਰਗਮ ਦੇ ਉੱਤੇ ਮੈਂ ਨਾਲ ਸਲੋ ਸਲੋ ਗਾਇਨ ਕਰਕੇ ਦੱਸਾਂਗਾ। ਇਸ ਸ਼ਬਦ ਦੇ ਕੰਪੋਜੀਸ਼ਨ ਦੇ ਵਿੱਚ ਜਿਹੜੀਆਂ ਸੁਰਾਂ ਲੱਗਣੀਆਂ ਹਨ ਮੈਂ ਤੁਹਾਨੂੰ ਦੱਸਦਾ ਹਾਂ। ਸਾ ਰੇ ਦੋਨੋਂ ਲੱਗਣੇ ਹਨ, ਰੇ ਕੋਮਲ ਰੇ ਸ਼ੁੱਧ, ਗਾ ਵੀ ਦੋਨੋਂ, ਗਾ ਕੋਮਲ ਗਾ ਸ਼ੁੱਧ, ਮਾ ਤੀਵਰ ਮਾ ਸ਼ੁੱਧ ਲੱਗਣਾ ਹੈ, ਤੀਵਰ ਨਹੀਂ ਸ਼ੁੱਧ। ਪਾ ਧਾ ਦੋਨੋਂ ਲੱਗਣੇ ਹਨ, ਨੀ ਕੋਮਲ ਅਤੇ ਸਾ। ਹੁਣ ਸ਼ਬਦ ਦੇਖੋ ਜੀ ਕਿਸ ਤਰ੍ਹਾਂ ਅਸਥਾਈ ਗਾਇਨ ਕਰਨੀ ਹੈ। ਸਾ ਧਾ ਸਿੱਧਾ ਹੀ ਸਾ ਤੋਂ ਧਾ। ਨੀਂਦ ਕਿਉਂ ਆਈ, ਨੀਂਦ ਕਿਉਂ ਆਈ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਨੀਂਦ ਕਿਉਂ ਆਈ, ਨੀਂਦ ਕਿਉਂ ਸੀ ਅਸਥਾਈ। ਹੁਣ ਇਸਦੀ ਸਰਗਮ ਦੇਖੋ ਨਾਲ ਹੀ ਸ਼ਬਦ ਕਿਸ ਤਰ੍ਹਾਂ ਲਗਾਉਣਾ ਹੈ। ਸਾ ਧਾ ਪਾ ਧਾ ਧਾ ਸਾ ਨੀ ਧਾ, ਨੀਂਦ ਕਿਉਂ ਆਈ। ਸਰਗਮ ਦੇਖੋ ਨੀਂਦ ਕਿਉਂ ਆਈ, ਸਿਰਫ ਇੰਨੀ ਲਾਈਨ ਦੀ ਸਰਗਮ। ਸਾ ਥਾ ਪਾ ਧਾ ਧਾ ਸਾ ਨੀ ਧਾ, ਨੈਕਸਟ ਲਾਈਨ ਨੀਂਦ ਕਿਉਂ ਆਈ। ਹੁਣ ਉਸ ਲਾਈਨ ਦੀ ਸਰਗਮ ਧਨੀ ਪਾ 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 ਧਨੀ ਪਾ। ਹੁਣ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਸਿੱਧਾ ਹੀ ਸਾ ਤੇ ਆ ਜਾਣਾ ਹੈ। ਸ਼ਾਮ ਸੁੰਦਰ ਤਜ, ਹੁਣ ਤਜ ਤੱਕ ਸਰਗਮ ਦੇਖੋ। ਨੀ ਸਾ ਧਾ ਨੀ ਸਾ ਮਾ ਗਾ ਗਾ, ਨੀਂਦ ਕਿਉਂ ਆਈ, ਨੀਂਦ ਕਿਉਂ ਆਈ। ਮਾ ਸਰਗਮ ਦੇਖੋ ਦੀ, ਮਾ ਧਾ ਪਾ ਗਾ ਗਾ ਪਾ ਪਾ ਮਾ ਮਾ। ਹੁਣ ਸਾਰੀ ਅਸਥਾਈ ਦੇਖੋ ਫਿਰ ਗਾਇਨ ਕਰਕੇ ਦੱਸਦਾ। ਨੀਂਦ ਕਿਉਂ ਆਈ, ਨੀਂਦ ਕਿਉਂ ਆਈ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ। ਇਹ ਸੀ ਅਸਥਾਈ। ਹੁਣ ਆਪਾਂ ਇਸ ਸ਼ਬਦ ਦਾ ਅੰਤਰਾ ਸਿੱਖਾਂਗੇ। ਦੂਤਾ ਲਾਈ,
ਹੁਣ ਸ਼ਬਦ ਦੇ ਨਾਲ ਸਰਗਮ ਮਾਹਾਮੋਣੀ ਐਨੀ ਸਰਗਮ ਦੇਖੋ ਸਾ ਨੀ ਧਾ ਮਾ ਸਾ ਸਾ ਨੀ ਰੇ ਸਾ ਦੂਤਾ ਲਾਈ ਦੀ ਸਰਗਮ ਸਾ ਨੀ ਧਾ ਮਾ ਨੀ ਨੀ ਧਾ ਸਾ ਨੀ ਅਗਲੀ ਲਾਈਨ ਫਿਰ ਦੁਬਾਰਾ ਮਹਾਮੋਣੀ ਮਹਾਮੋਣੀ ਇਸ ਦੀ ਸਰਗਮ ਨੀ ਧਾ ਪਾ ਮਾ ਪਾ 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 ਧਾ ਨੀ ਪਾ ਲਾਸਟ ਵਾਲੀ ਦੂਤਾ ਲਾਈ ਦੂਤਾ ਲਾਈ ਧਾ ਪਾ ਮਾ ਗਾ ਪਾ ਪਾ ਮਾ ਮਾ ਇੱਕ ਵਾਰ ਫਿਰ ਦੇਖੋ ਅੰਤਰੀ ਦੀ ਸਰਗਮ ਮਹਾਮੋਣੀ ਦੂਤਾ ਲਾਈ ਸਰਗਮ ਸਾ ਨੀ ਧਾ ਮਾ ਸਾ ਸਾ ਨੀ ਰੇ ਸਾ ਨੀ ਧਾ ਪਾ ਨੀ ਨੀ ਧਾ ਸਾ ਨੀ ਫਿਰ ਅੱਗੇ ਫਿਰ ਮਹਾਮੋਣੀ ਧਾ ਪਾ ਮਾ ਪਾ ਪਾ ਧਾ ਨੀ ਪਾ ਧਾ ਪਾ ਗਾ ਪਾ ਪਾ ਮਾ ਦੂਤਾ ਲਾਈ ਜਦੋਂ ਅਸਥਾਈ ਤੇ ਆਉਣਾ ਹੈ ਫਿਰ ਇਹ ਸੁਰ ਵਜਾਣੇ ਹਨ ਦੂਤਾ ਲਾਈ ਨੀਂਦ ਕਿਉਂ ਆ ਇੱਕ ਵਾਰੀ ਫਿਰ ਦੇਖੋ ਦੂਤਾ ਲਾਈ ਕਿਹੜੇ ਸੁਰ ਵਜਣੇ ਹਨ ਦੂਤਾ ਲਾਈ ਸਾਰੇ ਗਾਰੇ ਸਾ ਨੀਂਦ ਕਿਉਂ ਆਈ ਨੀਂਦ ਕਿਉਂ ਆਈ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ ਸ਼ਾਮ ਸੁੰਦਰ ਤਜ ਨੀਂਦ ਕਿਉਂ ਬਾਕੀ ਅੰਤਰੇ ਵੀ ਇਸੇ ਤਰ੍ਹਾਂ ਇਹੀ ਸਰਗਮ 'ਤੇ ਲਗਾਉਣੇ ਹਨ ਤੁਹਾਡਾ ਇਹ ਸ਼ਬਦ ਸੰਪੂਰਨ ਹੋ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ